ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲਿਊਬਰਡ ਰਿਵੋ। ਕੈਨੇਡਾ ਟੂਰਿਸਟ ਵੀਜ਼ਾ ਦਾ ਕੀ ਅਪਡੇਟ ਚੱਲ ਰਿਹਾ ਅਤੇ ਕੀ ਵੀਜ਼ਾਸ ਆ ਰਹੇ ਨੇ ਅਤੇ ਕਿਵੇਂ ਦੀ ਫਾਈਲ ਦੇ ਵੀਜ਼ਾ ਆ ਰਹੇ ਨੇ, ਅੱਜ ਦੀ ਵੀਡੀਓ 'ਚ ਆਪਾਂ ਇਸ ਬਾਰੇ ਗੱਲ ਕਰਨ ਵਾਲੇ ਹਾਂ। ਸਭ ਤੋਂ ਪਹਿਲਾਂ ਜਿਹੜੀ ਵੀਜ਼ਾ ਫਾਈਲਿੰਗ ਅੱਜ ਦੀ ਡੇਟ 'ਚ ਹੋ ਰਹੀ ਹੈ, ਉਹਦੇ ਅਕੋਰਡਿੰਗ ਜੇ ਤੁਹਾਨੂੰ ਅਪਡੇਟ ਕਰੀਏ ਤਾਂ ਇਸ ਟਾਈਮ ਵੀਜ਼ਾ ਰਿਜ਼ਲਟਸ ਜਿਹੜੇ ਨੇ ਪਹਿਲਾਂ ਵਾਂਗੂ ਦੁਬਾਰਾ ਹੋ ਚੁੱਕੇ ਨੇ। ਜਿਵੇਂ ਕਿ ਫਰਵਰੀ ਅਤੇ ਮਾਰਚ ਵਿੱਚ ਕੁਝ ਰਿਜ਼ਲਟਸ ਜਿਹੜੇ ਸੀਗੇ ਆਟੋ ਰਿਫਿਊਜ਼ਲ 'ਚ ਜ਼ਿਆਦਾ ਜਾਣ ਲੱਗ ਪਏ ਸੀਗੇ, ਯਾਨੀ ਕਿ ਜੋ ਫਾਈਲ ਲੱਗ ਰਹੀਆਂ ਸੀਗੀਆਂ ਫਾਈਲ ਲੱਗਣ ਤੋਂ ਬਾਅਦ ਆਟੋ ਰਿਫਿਊਜ਼ਲਸ ਜ਼ਿਆਦਾ ਆ ਰਹੇ ਸੀਗੇ। ਬਟ ਹੁਣ ਕੀ ਹੈ ਕਿ ਜਿਹੜੀ ਫਾਈਲਸ ਨੇ ਆਟੋ ਰਿਫਿਊਜ਼ਲ 'ਚ ਘੱਟ ਜਾ ਰਹੀਆਂ ਨੇ ਅਤੇ ਵੀਜ਼ਾ ਅਫਸਰ ਤੱਕ ਪਹੁੰਚ ਰਹੀਆਂ ਨੇ, ਅਤੇ ਜਿਹੜੀਆਂ ਫਾਈਲਸ ਵੀਜ਼ਾ ਅਫਸਰ ਤੱਕ ਪਹੁੰਚ ਰਹੀਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਰਿਜ਼ਲਟਸ ਜਿਹੜੇ ਨੇ ਜ਼ਿਆਦਾ ਪੋਜ਼ਿਟਿਵ ਦੇਖਣ ਨੂੰ ਮਿਲ ਰਹੇ ਨੇ। ਅਤੇ ਰੀਸੈਂਟ ਦੇ ਵਿੱਚ ਜੋ ਅਸੀਂ ਟ੍ਰੈਂਡ ਦੇਖ ਰਹੇ ਹਾਂ ਉਹਦੇ ਅਕੋਰਡਿੰਗ ਇਹੀ ਕਹਿ ਸਕਦੇ ਹਾਂ ਕਿ ਇਸ ਟਾਈਮ ਜਿਹੜੀ ਫਾਈਲਸ ਐਲੀਜੀਬਲ ਨੇ, ਭਾਵੇਂ ਉਹ ਪਹਿਲਾਂ ਰਿਫਿਊਜ਼ ਨੇ, ਰਿਫਿਊਜ਼ਲ ਇੱਕ ਵਾਰ ਹੈ, ਦੋ ਵਾਰ ਹੈ, ਉਹ ਕੋਈ ਮੈਟਰ ਨਹੀਂ ਕਰਦਾ। ਬਟ ਜੇ ਫਾਈਲ ਪਹਿਲਾਂ ਰਿਫਿਊਜ਼ ਵੀ ਹੈਗੀ ਹੈ, ਦੈਨ ਵੀ ਤੁਹਾਨੂੰ ਫਾਈਲ ਜਿਹੜੀ ਹੈ ਦੁਬਾਰਾ ਜ਼ਰੂਰ ਲਾ ਲੈਣੀ ਚਾਹੀਦੀ ਹੈ, ਕਿਉਂਕਿ ਇਸ ਟਾਈਮ ਰਿਜ਼ਲਟਸ ਜਿਹੜੇ ਨੇ ਜ਼ਿਆਦਾ ਪੋਜ਼ਿਟਿਵ ਨੇ। ਅਤੇ ਪੋਜ਼ਿਟਿਵ ਰਿਜ਼ਲਟਸ ਹਜੇ ਹੋਰ ਅੱਗੇ ਦੇਖਣ ਨੂੰ ਮਿਲਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਹੋਰ ਵਧੀਆ ਹੋਏਗਾ ਕੈਨੇਡਾ ਦੇ ਵਿੱਚ। ਅਤੇ ਇਸ ਕਰਕੇ ਜੇ ਤੁਹਾਡੀ ਫਾਈਲ ਐਲੀਜੀਬਲ ਹੈ, ਐਲੀਜੀਬਿਲਿਟੀ ਚੈੱਕ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਕਰ ਸਕਦੇ ਹੋ ਕਿ ਆਪਣੇ ਤਿੰਨ ਡਾਕੂਮੈਂਟ ਸਭ ਤੋਂ ਪਹਿਲਾਂ ਚੈੱਕ ਕਰੋ। ਜੇ ਤੁਹਾਡੇ ਤਿੰਨ ਡਾਕੂਮੈਂਟ ਓਕੇ ਨੇ ਦੈਨ ਤੁਹਾਨੂੰ ਵੀਜ਼ਾ ਜ਼ਰੂਰ ਮਿਲ ਜਾਏਗਾ। ਸਭ ਤੋਂ ਪਹਿਲਾਂ ਜਿਹੜਾ ਡਾਕੂਮੈਂਟ ਹੈ ਉਹ ਹੈ ਤੁਹਾਡੀ ITRs, ਜਿਹੜੀਆਂ ITRs ਤੁਸੀਂ ਫਿਲ ਕੀਤੀਆਂ ਹੋਈਆਂ ਨੇ ਉਹ ਤੁਹਾਡੀ ਹੈ ਜਿਹੜੀਆਂ ਨੇ ਤੁਹਾਡੇ ਕੰਮ ਨਾਲ ਰਿਲੇਟਡ ਹੋਣ, ਉਹ ਐਕਚੁਅਲ 'ਚ ਤੁਹਾਡੇ ਕੰਮ ਨੂੰ ਜਸਟੀਫਾਈ ਕਰ ਰਹੀਆਂ ਹੋਣ। ਜੇ ਇਹ ਚੀਜ਼ਾਂ ਨਾਲ ਰਲਦੀਆਂ ਨੇ ਦੈਨ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਵਧੀਆ ਰਹਿਣਗੇ। ਸੈਕਿੰਡ ਜਿਹੜੀ ਚੀਜ਼ ਹੈ ਤੁਹਾਡੀ ਫਾਈਨੈਂਸ਼ੀਅਲ ਸਟੇਟਸ, ਯਾਨੀ ਤੁਹਾਡੇ ਜਿਹੜੇ ਫੰਡਸ ਹੈਗੇ ਨੇ। ਜੇ ਤੁਸੀਂ ਇਕੱਲੇ ਟਰੈਵਲ ਕਰਨ ਵਾਲੇ ਹੋ ਤਾਂ ਐਟਲੀਸਟ 6 ਲੱਖ ਰੁਪਈਆ, ਯਾਨੀ ਕਿ $10,000 ਜ਼ਰੂਰ ਹੋਵੇ। ਅਤੇ ਜੇ ਤੁਸੀਂ ਕਪਲ ਟਰੈਵਲ ਕਰ ਰਹੇ ਹੋ ਤਾਂ ਮਿਨੀਮਮ ਜਿਹੜਾ 8 ਲੱਖ ਰੁਪਈਆ ਤੁਹਾਡੇ ਅਕਾਊਂਟ 'ਚ ਜ਼ਰੂਰ ਹੋਵੇ। ਅਤੇ ਜੇ ਇੰਨੇ ਅਮਾਊਂਟ ਤੁਹਾਡੇ ਕੋਲ ਹੈਗੀ ਹੈ ਅਤੇ ਇਹ ਫੰਡਸ ਤੁਹਾਡੇ ਕੋਲ ਅਵੇਲੇਬਲ ਹੁੰਦੇ ਆ, ਦੈਨ ਵੀ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਜ਼ਿਆਦਾ ਵਧੀਆ ਰਹਿਣਗੇ। ਅਤੇ ਥਰਡ ਪੁਆਇੰਟ ਜਿਹੜਾ, ਤੁਹਾਡੀ ਮੰਥਲੀ ਇਨਕਮ ਕਿੰਨੀ ਆ ਰਹੀ ਹੈ। ਜੇ ਤੁਹਾਡੀ ਮੰਥਲੀ ਇਨਕਮ ਵਧੀਆ ਆ ਰਹੀ ਹੈ, ਤੁਸੀਂ ਮੰਥਲੀ ਚੰਗਾ ਕਮਾ ਰਹੇ ਹੋ, ਦੈਨ ਤੁਹਾਡੇ ਵੀਜ਼ਾ ਦੇ ਚਾਂਸ ਵਧੀਆ ਮੰਨੇ ਜਾਂਦੇ ਆ। ਇਸ ਟਾਈਮ ਮੈਂ ਇਹ ਗੱਲ ਕਹਾਂ ਕਿ ਜਿਨ੍ਹਾਂ ਦੀ ITR 5 ਲੱਖ ਦੇ ਆਸ ਪਾਸ ਹੈਗੀ ਹੈ ਉਹਨਾਂ ਨੂੰ ਜ਼ਰੂਰ ਵੀਜ਼ਾ ਅਪਲਾਈ ਕਰ ਲੈਣਾ ਚਾਹੀਦਾ, ਉਹਦੇ ਵਿੱਚ ਤੁਹਾਨੂੰ ਵੀਜ਼ਾ ਦੇ ਰਿਜ਼ਲਟ ਜ਼ਿਆਦਾ ਵਧੀਆ ਦੇਖਣ ਨੂੰ ਮਿਲਣਗੇ। ਅਤੇ ਹੁਣ ਪ੍ਰੋਸੈਸ ਟਾਈਮ ਦੀ ਗੱਲ ਕਰੀਏ ਤਾਂ ਇਸ ਟਾਈਮ ਪ੍ਰੋਸੈਸ ਟਾਈਮ ਹੈ, ਜਿਵੇਂ ਕਿ ਹੁਣ ਆਟੋ ਰਿਫਿਊਜ਼ਲ ਘੱਟ ਚੁੱਕੀ ਹੈ ਅਤੇ ਮੈਕਸੀਮਮ ਫਾਈਲ ਵੀਜ਼ਾ ਅਫਸਰ ਤੱਕ ਜਾ ਰਹੀ ਹੈ, ਤਾਂ ਵੀਜ਼ਾ ਰਿਜ਼ਲਟ ਜਿਹੜੇ ਨੇ ਆਫਟਰ 20 ਡੇਜ਼ ਹੀ ਆ ਰਹੇ ਨੇ। ਅਤੇ ਜ਼ਿਆਦਾਤਰ ਰਿਜ਼ਲਟ ਜਿਹੜੇ ਆ ਉਹ 1 ਮਹੀਨੇ ਤੱਕ ਵੀ ਆ ਰਹੇ ਨੇ। ਅਤੇ ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਵੇਟ ਜਿਹੜਾ ਉਹ 30 ਤੋਂ 40 ਦਿਨ ਕਰਨਾ ਪੈ ਸਕਦਾ ਜੇ ਇਸ ਟਾਈਮ ਤੁਸੀਂ ਫਾਈਲ ਲਾਉਂਦੇ ਹੋ। ਬਟ ਇੱਕ ਚੀਜ਼ ਹੈ ਕਿ ਜੇ ਤੁਸੀਂ ਕੈਨੇਡਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਦੈਨ ਤੁਹਾਨੂੰ ਵੇਟ ਨਹੀਂ ਕਰਨਾ ਚਾਹੀਦਾ ਜੇ ਤੁਹਾਡੇ ਕੋਲ ਕੰਪਲੀਟ ਡਾਕੂਮੈਂਟ ਹੈਗੇ ਨੇ। ਜਿਹੜੇ ਮੈਂ 3 ਇੰਪੋਰਟੈਂਟ ਡਾਕੂਮੈਂਟ ਦੱਸੇ ਜੇ ਤੁਹਾਡੇ ਕੋਲ ਹੈ ਨੇ, ਦੈਨ ਤੁਹਾਨੂੰ ਬਿਲਕੁਲ ਵੀ ਵੇਟ ਨਹੀਂ ਕਰਨਾ ਚਾਹੀਦਾ, ਆਪਣਾ ਵੀਜ਼ਾ ਜ਼ਰੂਰ ਅਪਲਾਈ ਕਰ ਲੈਣਾ ਚਾਹੀਦਾ। ਤੁਹਾਡੇ ਵੀਜ਼ਾ ਰਿਜ਼ਲਟ ਜਿਹੜੇ ਆ ਜ਼ਿਆਦਾ ਵਧੀਆ ਹੋ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ। ਅਤੇ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।